ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਾਣੇ? ਠੀਕ ਠਾਕ। ਅਤੇ ਆਪਾਂ ਹੋਏ ਅੱਜ ਫ੍ਰੀ, ਬਹੁਤ ਲੇਟ, 11:15 ਹੋ ਗਏ, ਪਰ ਮੈਂ ਉੱਠੀ ਹਾਂ ਸਵੇਰੇ 6 ਵਜੇ ਦੀ। ਪਤਾ ਨਹੀਂ ਕੀ ਗੱਲ ਹੋ ਗਈ ਅੱਜ ਗੁਰਸਾਹਿਬ ਨੂੰ। ਗੁਰਸਾਹਿਬ ਅੱਜ ਰਾਤ ਵੀ ਮਤਲਬ ਕਿ 3 ਵਜੇ ਨਾ 4 ਵਜੇ ਨਾ ਮਤਲਬ ਕਿ ਹੋਰ ਤਰ੍ਹਾਂ ਹੀ ਮਤਲਬ ਕਿ ਸੌਂਦਾ ਵੀ ਨਹੀਂ ਸੀ ਅਤੇ ਰੋਈ ਜੀ ਜਾਂਦਾ ਸੀ। ਅਤੇ ਹੁਣ ਥੋੜ੍ਹਾ ਟਾਈਮ ਹੋ ਗਿਆ ਉਹਨੂੰ, 15 ਮਿੰਟ ਹੋਏ ਸੁੱਤੇ ਨੂੰ। ਅਤੇ ਇੱਧਰ ਮੈਂ ਗੁਰਸ਼ਾਨ ਨੂੰ ਵੀ ਨਵਾਲਿਆ, ਪਹਿਲਾਂ ਮੈਂ ਗੁਰਸਾਹਿਬ ਨੂੰ ਨਵਾਲਿਆ ਸੀ ਪਰ ਉਹ ਥੋੜ੍ਹਾ ਕੁ ਚਿਰ ਖੇਡਿਆ ਫੇਰ ਰੋਣ ਲੱਗ ਪਿਆ, ਅਤੇ ਉਹ ਹੁਣ ਸੌਂ ਗਿਆ। ਅਤੇ ਗੁਰਸ਼ਾਨ ਨੂੰ ਨਵਾਲਿਆ ਅਤੇ ਮੈਂ ਆਪ ਨਹਾ ਕੇ ਆਈ ਹਾਂ। ਅਤੇ ਇੱਧਰ ਤੁਹਾਨੂੰ ਦਿਖਾ ਦਿੰਦੀ ਹਾਂ, ਇੱਧਰ ਸੁੱਤਾ ਆ ਹੁਣ, ਹੱਥ 'ਚੋਂ ਨਾ ਫੋਨ ਡਿੱਗ ਚੱਲਾ ਸੀ ਅਤੇ ਇਹ ਹੁਣੇ ਹੀ ਮਤਲਬ ਕਿ ਬਸ ਅਜੇ ਸੁੱਤਾ ਹੀ ਆ। ਸੁੱਤਾ ਕੀ ਮੇਰੇ ਆਉਣ ਤੋਂ ਪਹਿਲਾਂ, ਮੇਰੇ ਆਉਣ ਤੋਂ ਪਹਿਲਾਂ ਹੀ ਮਤਲਬ ਕਿ ਹਿੱਲਣ ਗਿਆ ਸੀ। ਤੁਸੀਂ ਉੱਠ ਗਏ ਸੀਗੇ, ਤੁਸੀਂ ਤੁਹਾਨੂੰ ਪਤਾ ਲੱਗ ਗਿਆ ਸੀ ਅਸੀਂ ਨਹਾ ਲਿਆ, ਤੁਸੀਂ ਇੰਨਾ ਕੁ ਚਿਰ 'ਚ ਹੀ ਉੱਠ ਜਾਣਾ ਸੀਗਾ। ਹਾਂਜੀ, ਅੱਜ ਪਤਾ ਨਹੀਂ ਕੀ ਗੱਲ ਹੋਈ ਹੈ, ਸਵੇਰ ਦੇ ਮਤਲਬ ਕਿ 6 ਵਜੇ ਦਾ ਉੱਠ ਕੇ ਇੱਦਾਂ ਚੂ 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 ਕਰੀ ਜਾਂਦਾ। ਬਸ ਇੰਨਾ ਕੁ ਟਾਈਮ ਮਿਲਿਆ ਵਾ ਕਿ 10-15 ਮਿੰਟ ਖੇਡਿਆ ਉਹਨੇ, ਜੇ ਬੰਦੇ ਮੈਂ ਬਸ ਝਾੜੂ ਮਾਰ ਕੇ ਸਵੀਪਰ ਮਾਰਿਆ ਅਤੇ ਹੁਣ 15 ਮਿੰਟ ਸੁੱਤਾ, ਗੁਰਸ਼ਾਨ ਨਹਾਤਾ ਅਤੇ ਮੈਂ ਨਹਾਤੀ। ਬਸ ਮੈਂ ਸੋਚਿਆ ਇਹ ਸੁੱਤਾ ਰਹੂਗਾ ਅਤੇ ਮੈਂ ਰੋਟੀ ਬਣਾ ਕੇ ਰੱਖ ਲੂੰਗੀ, ਕਿਉਂਕਿ ਫਿਰ ਆਪਾਂ 1:30 ਨੂੰ ਤਾਂ 12:30 12:30 ਇੱਕ ਵਜੇ ਰੋਟੀ ਖਾਣੀ ਹੁੰਦੀ ਹੈ, ਵੀ ਬਣਾ ਕੇ ਰੱਖ ਲੈਂਦੇ ਹਾਂ। ਪਰ ਉਹ ਕਿੱਥੇ, ਪਹਿਲਾਂ ਹੀ ਆਪਾਂ ਉੱਠ ਕੇ ਖੇਡੀ ਜਾਂਦਾ। ਹਾਂਜੀ, ਤੁਸੀਂ ਉੱਠ ਗਏ ਸੀ, ਤੁਸੀਂ ਉੱਠ ਗਏ ਸੀ। ਜਾਂ ਤਾਂ ਮਤਲਬ ਕਿ ਇਹ ਮਤਲਬ ਕਿ ਦੰਦ ਕੱਢਣ, ਮਤਲਬ ਕਿ ਇਹਦੇ ਸਾਰੇ ਬੁੱਟ ਅੱਗੋਂ ਵੀ ਉੱਪਰੋਂ ਵੀ, ਉੱਪਰ ਵਾਲੇ ਤਾਂ ਨਹੀਂ ਇੰਨੇ, ਥੱਲੇ ਵਾਲੇ ਤਾਂ ਸਾਰੇ ਮਤਲਬ ਕਿ ਇੰਨੇ ਵਾਲੀ ਸਾਈਡ ਦੇ ਸਾਹਮਣੇ ਸਾਹਮਣੇ ਬੁੱਟ ਇੰਨੇ ਚਿੱਟੇ ਹੋਏ ਨਾ। ਜਾਂ ਤਾਂ ਮੈਨੂੰ ਲੱਗਦਾ ਉਹਦੀ ਥੋੜ੍ਹੀ ਜਿਹੀ ਇਹਨੂੰ ਤਕਲੀਫ ਵਾ, ਅਤੇ ਦੇਖਦੇ ਹਾਂ ਕੀ ਬਣਦਾ। ਅਤੇ ਬਾਹਰ ਗੁਰਸ਼ਾਨ ਖੇਡਦਾ ਪਿਆ ਆ। ਹਾਂਜੀ, ਅਤੇ ਅੱਜ ਅਸੀਂ ਜਾਣਾ ਵਾ ਗੁਰਸ਼ਾਨ ਦੇ ਸਕੂਲ ਦੀ ਬੱਸ ਦੀ ਕਰਵਾਉਣ ਬੁਕਿੰਗ, ਅਤੇ ਅੱਜ ਦੀਆਂ ਜਿਹੜੀਆਂ ਕਿਤਾਬਾਂ ਵਾ ਉਹਨਾਂ ਦੀ ਵੀ ਬੁਕਿੰਗ ਕਰਵਾਉਣ ਜਾਣਾ ਵਾ ਸ਼ਾਮ ਨੂੰ 4-5 ਵਜੇ, 5 ਵਜੇ ਨਾਲ ਤਰਨੇ 4:30 ਆ ਜਾਣਾ ਕੰਮ ਤੋਂ, ਫਿਰ ਅਸੀਂ ਉੱਧਰ ਨੂੰ ਜਾਣਾ ਕੰਮ ਕਰਨ। ਅਤੇ ਇੱਧਰ ਗੁਰਸ਼ਾਨ ਹੁਣੀ ਬੈਠੇ ਨੇ ਅਤੇ ਗੱਦਾ ਹੀ ਲੱਗਾ ਥੱਲੇ ਸਾਡਾ, ਗੁਰਸ਼ਾਨ ਨੂੰ ਗੁਰਸਾਹਿਬ ਨੂੰ ਲੈ ਕੇ ਆਉਂਦੇ ਹਾਂ ਕਿਉਂਕਿ ਉਹ ਥੱਲੇ ਹੀ ਖੁਸ਼ ਰਹਿੰਦਾ, ਕਿਉਂਕਿ ਉਹ ਪਲਟੀ ਜੀ ਮਾਰਦਾ ਆ ਅਤੇ ਸੋਫੇ ਤੋਂ ਡਿੱਗਣ ਕਰਕੇ ਉੱਥੇ ਚੱਲੂਗਾ। ਹਾਂਜੀ, ਚੱਲੀਏ ਬਾਹਰ ਜੀ ਸਾਹਿਬ ਜੀ। ਪਰ ਹੁਣ ਵੈਸੇ ਮੌਸਮ ਜਿਹੜਾ ਕੱਲ੍ਹ ਪਰਸੋਂ ਦਾ ਬਹੁਤ ਵਧੀਆ ਹੋਇਆ, ਬੱਦਲ ਜਿਹਾ ਹੋ ਗਿਆ ਆ। ਅੱਛਾ ਬਾਜੀ, ਤੁਸੀਂ ਵੀ ਆ ਗਏ ਸੀਗੇ, ਕੈਮਰਾ ਬਾਲਾ ਹੀ ਲੱਗ ਗਿਆ ਆ ਗਿਆ ਸਾਡੇ, ਕਿਆ ਕੈਮਰਾ ਬਹੁਤ ਲੱਗ ਗਿਆ ਆ ਗਿਆ ਸੀ, ਕਿਆ ਮੈਨੂੰ ਪਤਾ ਨਹੀਂ ਕੀ ਗੱਗਾਂ ਹੋਈਆਂ ਸੀ, ਕਿਆ ਮੈਨੂੰ ਪਤਾ ਨਹੀਂ ਲੱਗਿਆ। ਵਾਹਿਗੁਰੂ ਸਾਹਿਬ ਟੱਚ ਉੱਡਾ ਇੱਦਾਂ ਦਾ ਮਤਲਬ ਕਿ ਕਦੀ ਵੀ ਨਹੀਂ ਕਰਦਾ, ਇੱਦਾਂ ਰੋਂਦਾ ਨਹੀਂ ਆ। ਪਰ ਪਤਾ ਨਹੀਂ ਕੀ ਗੱਲ ਹੋ ਗਈ, ਬਹੁਤ ਮਤਲਬ ਕਿ ਇੱਦਾਂ ਰਾਤ ਦਾ ਹੀ ਕਰੀ ਜਾਂਦਾ ਆ। ਰਾਤੀ ਰੋਟੀ ਵੀ ਮੇਰੇ ਤਰ੍ਹਾਂ ਨੇ ਬਹੁਤ ਮੁਸ਼ਕਲ ਬਣਾਈ, ਇੱਕ ਜਣੇ ਨੇ ਫੜਿਆ ਕਿਉਂਕਿ ਮੇਰੇ ਵੱਲ ਵੇਖ ਕੇ ਹੋਰ ਰੋਂਦਾ ਆ ਕਿ ਇਹੀ ਚੱਕ ਲਏ ਮੈਨੂੰ ਗੁਰਸ਼ਾਨ। ਅਤੇ ਹੁਣ ਉਹ ਗੁਰਸ਼ਾਨ ਵੱਲ ਵੇਖਦਾ ਪਿਆ। ਹਾਂਜੀ, ਅਤੇ ਗੁਰਸਾਹਿਬ ਦਾ ਫੇਵਰੇਟ ਖਿਡੌਣਾ ਆ ਇਹ ਵਾਲਾ, ਇਹਦੇ ਨਾਲ ਬਹੁਤ ਖੇਡਦਾ, ਮੂੰਹ 'ਚ ਪਰ ਪਾਉਂਦਾ ਆ ਉਹਨੂੰ, ਮਤਲਬ ਕਿ ਦੰਦੀਆਂ ਜੇ ਵੱਢਦਾ ਪਰ ਮੈਂ ਫੜ ਲੈਂਦੀ ਨਾਲ ਹੀ। ਵੈਸੇ ਤਾਂ ਮੈਂ ਧੋ ਧਾ ਕੇ ਰੱਖਦੀ ਹੁੰਦੀ ਹਾਂ, ਦੂਸਰੇ ਕਿਤੇ ਧੋ ਦਿੰਦੀ ਹੁੰਦੀ ਹਾਂ, ਵੀ ਖੇਡਦਾ ਇਹਦੇ ਨਾਲ ਤਾਂ ਬਹੁਤ ਖੇਡਦਾ, ਸੋਫਟ ਜਿਹਾ ਆ ਨਾ ਤਾਂ ਕਰਕੇ। ਗੁਰਸ਼ਾਨ ਤੁਸੀਂ ਕਰਨ ਡੇ ਆ? ਬਸ ਸਾਰਾ ਦਿਨ ਕਾਰਟੂਨ ਚੱਲਦੇ ਆ, ਸਕੂਲ ਲੱਗਣਗੇ ਤਾਂ ਫਿਰ ਗੱਲ ਬਣੂਗੀ, ਅਜੇ ਤਾਂ ਮਹੀਨਾ ਨਹੀਂ ਹੋਇਆ ਸਕੂਲ ਛੁੱਟੀਆਂ ਪਈਆਂ ਨੂੰ, ਅਜੇ ਤਾਂ 2 ਮਹੀਨੇ ਹੋਰ ਪਏ ਆ ਅਤੇ ਇੰਡੀਆ ਦਾ ਵੈਸੇ ਸਕੂਲ ਲੱਗ ਗਏ ਬੱਚਿਆਂ ਦੇ। ਹਾਂਜੀ, ਤੁਸੀਂ ਕੀ ਕਰਦੇ ਸੀਗੇ? ਗੁਰਸ਼ਾਨ ਵੱਲ ਵੇਖਦਾ ਜਿੱਦਾਂ ਜਿੱਧਰ ਉਹ ਜਾਂਦਾ, ਮੂੰਹ ਵੀ ਇੱਦਾਂ ਦਾ ਹਰ ਟਾਈਮ ਬਣਾ ਕੇ ਰੱਖਦਾ ਵਾ, ਜਦੋਂ ਵੀ ਉਹ ਦੰਦਾ ਕਰਕੇ ਕਰ ਲਓ ਪੁੱਤ, ਕਰ ਲਓ ਪੈਰ, ਪਰੇ ਕਰ ਲਓ ਪੈਰ ਨਾਲ। ਇੱਦਾਂ ਗੁਰਸ਼ਾਨ ਨੇ ਕਰ ਲਿਆ ਆਪਣਾ ਸਾਈਕਲ। ਉਹ ਤਾਂ ਇੱਥੇ ਜਗ੍ਹਾ ਨਹੀਂ ਹੈਗੀ, ਸ਼ਾਮ ਨੂੰ ਬਾਹਰ ਚੱਲਾਂਗੇ ਫਿਰ ਉੱਥੇ ਜਾ ਕੇ ਚਲਾਵਾਂਗੇ। ਓਕੇ, ਹਾਂਜੀ, ਕੀ ਗੱਲ ਹੋਈ ਸੀ ਤੁਹਾਨੂੰ, ਤੁਸੀਂ ਕਿਉਂ ਨਹੀਂ ਸੀ ਉੱਤੇ? ਮੌਸਮ ਜਿੰਨਾ ਠੰਡਾ, ਗਰਮੀ ਵੀ ਉੱਦਾਂ ਹੀ ਹੋਈ ਪਈ ਅੱਜ।